ਇਧਰੋਂ ਆਲੋ ਚੀਕੀਤਾ ਤੋਂ ਤੇ ਇਧਰੋਂ ਕੋਲੋਂ ਗੱਲ ਇਹ ਕਹਿ ਦੀ ਕਿ ਉਧਰ ਪਾਕਿਸਤਾਨ ਦਾ ਇਧਰ ਹਿੰਦੁਸਤਾਨ ਦਾ ਵੀ ਚੱਸ ਮਸਲੂ ਉਹ ਅਸੀਂ ਬੜਾਈ ਚੜਾਈ ਤਾਂ ਗੱਲ ਇਹ ਦੀ ਮਾੜਿਓ ਦੋਸਤੋ ਕਿ ਅਸ ਆਪੂ ਵੀ ਨਾਕਾਮ ਲੋਕ ਦਿਓ ਤਾਂ ਨਲਾਇਕ ਲੋਕ ਦਿਓ ਤਾਂ ਦੁਮ ਛੱਲੇ ਦਿਓ ਤਾਂ ਭੇਡੇ ਬੱਕਰੀਆਂ ਕੀ ਅਸ ਸਮਝੀ ਸਕਦੇ ਹੋ ਤਾਂ ਆਪਣੇ ਲੀਡਰਾਂ ਕੀ ਨਹੀਂ ਅਸ ਸਮਝੀ ਸਕੇ ਸਾਲਾ ਠੇਕਾ ਨਹੀਂ ਫਾਰੂਕ ਹੈਦਰ ਵੀ ਕੋਈ ਟੈਚੀਆ ਨਹੀਂ ਕਰਨਾ ਇਸ ਵੀ ਕਾਰਨੀ ਨੇ ਕੋਈ ਟੈਚੀਆ ਨਹੀਂ ਕਰਨਾ ਇੱਥੇ ਜਿਹੜੇ ਸਾਰੇ ਸਾਰੇ ਟੈਚੀਆ ਨਹੀਂ ਕਰਨਾ ਤੇ ਮੈਂ ਭਰੀਆ ਕੁੜੀਆਂ ਕਹਿੰਦੇ ਫਾਰੂਕ ਹੈਦਰ ਦੇ ਡੰਡੇ ਕਹਿੰਦੇ ਕਦੋਂ ਤੱਕ ਕਸ਼ਮੀਰ ਆਜ਼ਾਦ ਕਰਾ ਲੇ ਪਾਕਿਸਤਾਨ ਵਿੱਚ ਆਣੀ ਤਾਂ ਉਹਨਾਂ ਚੀਫ ਸਮਝੀ ਰੱਖਿਆ ਨਾ ਹੁਣ ਸਾਰੇ ਲੇਲੇ ਟਾਪਰ ਬੜਾ ਭੇਡੂ ਅੱਜਾ ਕਰ ਕੁੜੀਆਂ ਜਨਾਬ ਵਾਲਾ ਗਲੇ ਰੁਮਾਲ ਬਾਏ ਨੇ ਕੱਪੜੇ ਉਹਨਾਂ ਨੇ ਬਿਲਕੁਲ ਫਿਰ ਸਿਸਟਮ ਤੇ ਨੰਗੀਆਂ ਦੇ ਹੱਥਾਂ ਹੀ ਫੋਨ ਪੋੜੇ ਨੇ ਤੇ ਸਕੂਲਾਂ ਨੇ ਮਾਸਟਰ ਕਰਨੇ ਸਿਆਸਤ ਤੇ ਵੇਦਰੇ ਬੀ ਐਮ ਐਸ ਵਾਲਾ ਸਟੇਜਾਂ ਦਾ ਬੋਲੀ ਨਹੀਂ ਸਕਦੇ ਤੂੰ ਉਸਕਾ ਹੀ ਦਾਦੀ ਦੀ ਤਾਰੀਫ ਕਰਾ ਲਿਆ ਜਿਹੜਾ ਵੀ ਅਸਨਾ ਸਟੇਜਾਂ ਤਾਂ ਹਮ ਕਸ਼ਮੀਰ ਆਜ਼ਾਦ ਕਰਵਾਏਂਗੇ ਹਮ ਇਹ ਕਰਵਾਏਂਗੇ ਹਮ ਉਹ ਕਰਵਾਏਂਗੇ ਅਵੇ ਉਹਨਾਂ ਨੇ ਜਿਹੜੀ ਮਾਵਰੀ ਸੀਆਂ ਉਹ ਫਦਰੀ ਕਰਾਉਣ ਬਣੀਆਂ ਸੀਆਂ ਤਲਾਵਤ ਕਰਨੀਆਂ ਸੀਆਂ ਬਾਈ ਕੁੰਜੀ ਦਾ ਘਾਹ ਕੱਪਣੀਆਂ ਸੀਆਂ ਦੇਸੀ ਦੁੱਧ ਤੇ ਦੇਸੀ ਮੱਖਣ ਤੇ ਦਿਲਾਂ ਵਿੱਚ ਕੋਰੋਣ ਤੇ ਇਮਾਨ ਸਾ ਤੇ ਹਿੰਦੂ ਡਰਨਾ ਸਾ ਮਾੜੀ ਸਾਰੀ ਨਸਲ ਪਾਪੜ ਖਾਣੀ ਨਿੱਕਿਆ ਵੀ ਪੋੜੇ ਨੇ ਪਾਪੜ ਤੇ ਪੜੇ ਵੀ ਪੋੜੇ ਨੇ ਪਾਪੜ ਦਿਲ ਇਹਨਾਂ ਨੇ ਖਤਮ ਮੈਂ ਤੇ ਇਹਨਾਂ ਨੇ ਖਤਮ ਕਲੇਜੇ ਇਹਨਾਂ ਨੇ ਖਤਮ ਤੇ ਰੌਲਾ ਕੋਣਿਆ ਰੋਸ਼ਨ ਜ਼ਮੀਰੋ ਤੂੰ ਜਿਹੜੇ ਦਰੇਸ ਸਿਆ ਤੁਸਾਂ ਇੱਕ ਦਾਜੇ ਕਾਲਾ ਬਾਦਾ ਪਤਾ ਲਵੇ 75 ਫੀਸਦ ਚਰਸ ਲਾਈ ਸੋਟਾ ਚਰਸ ਨੂੰ ਲਾ ਲੈ ਸਾਰਾ ਤਾਂ ਕੋਈ ਦੀਨ ਮਜ਼ਬ ਯਾਨੀ ਉਹ ਜਿਸ ਕੌਮ ਨਾ ਦੀਨ ਮਜ਼ਬ ਨਹੀਂ ਵਾ ਸਾਰੀ ਕੌਮ ਚਰਸੁਰ ਲਈ ਆਈ ਉਹ ਕੌਮ ਲਾਈ ਅਸੀਂ ਵੇ ਉਹ ਬੋਲੋ ਦੋਸਤੋ ਇਹ ਜਿਹੜਾ ਫੌਜੀਆਂ ਦਾ ਉੱਪਰ ਕੈਂਪ ਦਾ ਨੌ ਦਿਹਾੜੇ ਮਾਰੀ ਮਾਰੀ ਕੁੱਟੀ ਕੁੱਟੀ ਆਣੇ ਮਾਨ ਮਕਬੂਲ ਬਾਟੀ ਛੋੜੀ ਛੋੜ ਲੱਖੋਂ ਕਰੋੜਾਂ ਰੁਪਏ ਦੇ ਗਏ ਮੈਂ ਆਇਆ ਨਹੀਂ ਤਾਂ ਤੁਸਾਂ ਹੀ ਕੜੀ ਬਲਾ ਖਾਈ ਆਈ ਵੇ ਨਾਰੇ ਲਾਉਂਦੇ ਹੁੰਦੇ ਸਿਆ ਹਮ ਮਾਨ ਅੱਲਾ ਕੇ ਸ਼ਹਿਨਾਏ